Nandi on our lives with Sardar Chandan Singh Ji, Sardev Singh Ji, Sardar Panji Singh Ji, Putriyan, Balakinder Kaur, Mandeep Kaur, Bhut Vada Prabhav, Putri Gurpri Singh, Rajo Singh, Gursimran Singh, Putriyan Lampri Kaur, Manpri Kaur, Ikham Jodh, Sara Hi Prabhav, ਉਹਨਾਂ ਦੇ ਪ੍ਰਾਤਾ ਜੀ ਸਾਰੇ ਹੀ ਗਹਿਰੇ ਸਦਮੇ ਵਿੱਚ ਹਨ। ਪਰਿਵਾਰ ਦੇ ਹੋਰ ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਸਨ, ਸਰਦਾਰ ਇਤਬਾਰ ਸਿੰਘ ਜੀ ਪਹਾੜਾ ਆਪਣੀ ਮਿਸਾਲ ਇਲਾਕੇ ਦੇ ਵਿੱਚ ਆਪ ਸਨ। ਛੋਟੇ ਵੱਡੇ ਦਾ ਸਤਿਕਾਰ ਕਰਨ ਵਾਲੇ, ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ, ਬੜੀ ਛੋਟੀ ਉਮਰ ਦੇ ਵਿੱਚ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਿੰਡ ਕਰਿਆਲੇ ਆਏ, ਜਿੱਥੇ ਉਹਨਾਂ ਨੇ ਵਿੱਦਿਆ ਗ੍ਰਹਿਣ ਕੀਤੀ। ਲਗਭਗ 1955 ਤੋਂ ਬਾਅਦ ਇੱਥੇ ਗੋਬਿੰਦ ਨਗਰੀ ਨੌਹਰੇ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਜੀਵਨ ਬਤੀਤ ਕਰਨਾ ਆਰੰਭ ਕੀਤਾ। ਹਰ ਛੋਟੇ ਵੱਡੇ ਲੋੜਵੰਦ ਦੀ ਮਦਦ ਕੀਤੀ, ਬੱਚਿਆਂ ਨੂੰ ਪੜ੍ਹਾਇਆ। ਬੜੇ ਚੰਗੇ ਪਰਿਵਾਰਾਂ ਦੇ ਵਿੱਚ ਉਹਨਾਂ ਦੀਆਂ ਬੇਟੀਆਂ, ਉਹਨਾਂ ਦੇ ਬੇਟੇ, ਬੜੇ ਚੰਗੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਰਿਸ਼ਤੇ ਕੀਤੇ, ਸਾਰੇ ਹੀ ਪਰਿਵਾਰ ਆਪਣੀ ਆਪਣੀ ਜਗ੍ਹਾ 'ਤੇ ਸੈਟਲ ਹਨ। ਇਹ ਸਾਰੀ ਮਿਹਨਤ ਸਰਦਾਰ ਇਤਬਾਰ ਸਿੰਘ ਜੀ ਦੀ ਹੈ। ਪਰ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਰੈ ਨਾਨਕਾ ਸਾਈ ਗਲ ਚੰਗੀ। ਇਹ ਉਸ ਅਕਾਲ ਪੁਰਖ ਦਾ ਬਣਾਇਆ ਹੋਇਆ ਮਾਰਗ ਹੈ, ਆਉਣ ਜਾਣ ਇੱਕ ਖੇਲ ਬਣਾਇਆ। ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਵੇਂ
हेलो उन्होंने होनहार लाइव सपुत्र सरदार चानन सिंह जी, सुखदेव सिंह जी, सरदार गुरजीत सिंह जी, पुत्रियां बलविंदर कौर, मनदीप कौर, बहुत बड़ा परिवार, पोत्री गुरप्रीत सिंह, रवजोत सिंह, गुरसिमरन सिंह, पोत्रियां लवप्रीत कौर, मनप्रीत कौर, एकमजोत, सारा ही परिवार, उन्हां दे प्राता जी, सारे ही गहरे सदमे विच हन। परिवार के बोर्ड जो कि किसी जान पहचान के मुहताज नहीं सन, सरदार इतबार सिंह जी पहाड़ा अपनी मिसाल इलाके दे विच आप सन, छोटे वड्डे का सत्कार करने वाले, दसां नौहां की गिणत करने वाले, बड़ी छोटी उम्र के विच पाकिस्तान की वंड तो बाद पिंड करियाले आए, साधु रचना राम बनाए।
ਨੌਵੇਂ ਨਾਮ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਹਿੰਦੀ ਜਾਗਰ ਇਹਨਾਂ ਪਾਵਕ ਬਚਨਾਂ ਦੀ ਰਾਣੀ ਬੜੇ ਸੁਖਾਲੇ ਢੰਗ ਦੇ ਨਾਲ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਸਮਝਾਉਂਦੇ ਹਨ। ਸਾਧੂ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸ ਥਿਰ ਮਾਨੈ ਅਚਰਜ ਲਖੀ ਮੈਂ ਜਾਈ। ਪਰਮਾਤਮਾ ਨੇ ਜਗਤ ਦੀ ਰਚਨਾ ਇਸ ਤਰ੍ਹਾਂ ਬਣਾ ਦਿੱਤੀ ਪਰ ਇਹ ਵੀ ਕਿਹਾ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਦੇ ਇੱਕ ਮਨ ਇੱਕ ਚਿੱਤ ਜੁੜ ਕੇ ਉਸ ਅਕਾਲ ਪੁਰਖ ਦੀ ਉਸਤਤ ਦੇ ਨਾਲ ਜੁੜ ਤਾਂ ਸਹੀ ਜਿਹੜੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣ। ਰਚਨਾ ਰਾਮ ਬਣਾਈ ਇੱਕ ਵਿਸ਼ੈ ਇੱਕ ਅਸਥਿਰ ਮਨ ਹੈ ਅਚਰਜ ਲਖਿਉ ਨ ਜਾਈ। ਕੈਸੀ ਰਚਨਾ ਹੈ ਉਸ ਅਕਾਲ ਪੁਰਖ ਦੀ। ਇੱਕ ਮਨੁੱਖ ਮਰਦਾ ਹੈ ਦੂਜਾ ਮਨੁੱਖ ਉਸ ਮਰੇ ਹੋਏ ਮਨੁੱਖ ਦੀਆਂ ਰਸਮਾਂ ਦੇ ਵਿੱਚ ਸ਼ਾਮਲ ਹੁੰਦਾ ਹੈ। ਸਾਧੂ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸਥਿਰ ਮਨ ਹੈ ਆਪਣੇ ਹੱਥਾਂ ਦੇ ਨਾਲ ਮਨੁੱਖ ਨੂੰ ਵਿਦਾ ਕਰਦਾ ਹੈ ਉਹਦੀ ਅੰਤਮ ਅੰਗੀਠਾ ਤਿਆਰ ਕਰਦਾ ਹੈ ਉਹਨੂੰ ਅੰਤਮ ਇਸ਼ਨਾਨ ਕਰਾਉਂਦਾ ਹੈ। ਕੈਸੀ ਰਚਨਾ ਹੈ ਪਰ ਆਪ ਫਿਰ ਵੀ ਸਮਝਦਾ ਆਪਣੇ ਆਪ ਨੂੰ ਫਿਰ ਟਿੱਕੇ ਰਹਿਣ ਦੀ ਗੱਲ ਕਰਦਾ ਹੈ ਫਿਰ ਕਹਿੰਦਾ ਮੈਂ ਆਪਣੇ ਹੱਥੀ ਤੋੜ ਰਿਹਾ ਹੈ। ਸਾਧੂ ਰਚਨਾ ਰਾਮ ਬਣਾ ਇੱਕ ਬਿਨਸੈ ਇੱਕ ਅਸਥਿਰ ਮਨ ਮਨੁੱਖ ਮਨੁੱਖ ਨੂੰ ਆਪਣੇ ਹੱਥੀ ਵਿਦਾ ਕਰਦਾ ਹੈ ਪਰ ਆਪਣੇ ਆਪ ਨੂੰ ਫਿਰ ਪੱਕੇ ਟਿੱਕੇ ਰਹਿਣ ਦੀ ਗੱਲ ਕਰਦਾ ਹੈ। ਇੱਕ ਬਿਨਸੈ ਇੱਕ ਅਸਥਿਰ ਮਨ ਹੈ ਅਚਰਜ ਲਖਿਉ ਕੈਸਾ ਹੈ ਅਸਲ ਚ ਤਮਾਸ਼ਾ ਪਰ ਕਾਮ ਕਰੋਧ ਮੋਹ ਬਸ ਪ੍ਰਾਣੀ ਹਰ ਮੂਰਖ ਇਸ ਰਾਈ ਮਨੁੱਖ ਕਾਮ ਕਰੋਧ ਦੇ ਮੋਹ ਦੇ ਵਿੱਚ ਕਾਬੂ ਆਇਆ ਹੋਇਆ ਨਹੀਂ ਨਿਕਲ ਸਕਦਾ ਅਤੇ ਪਰਮਾਤਮਾ ਦੀ ਹਸਤੀ ਨੂੰ ਦਿਨੋ ਦਿਨ ਭੁਲਾਈ ਕਰਦਾ ਹੈ। ਇੰਨਾ ਗ੍ਰਸਤ ਹੋ ਗਿਆ ਕਾਮ ਕਰੋਧ ਦੇ ਵਿੱਚ ਅਹੰਕਾਰ ਦੇ ਵਿੱਚ ਪਰ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਕਰੇ ਬੜੇ ਵੱਡੇ ਅਹੰਕਾਰੀਆਂ ਨਾਨਕ ਗਰਭ ਕਰੇ। ਕਾਮ ਕ੍ਰੋਧ ਮੋਹ ਬਸ ਪ੍ਰਾਣੀ ਇੰਨਾ ਦੱਸਿਆ ਗਿਆ ਹਰ ਮੂਰਤ ਵਿਸਰਾਈ ਹਰੀ ਦੀ ਮੂਰਤ ਨੂੰ ਤੂੰ ਵਿਸਾਰ ਕਰਦਾ ਤੂੰ ਹਜੇ ਵੀ ਕਹਿੰਦਾ ਮੈਂ ਕੀਤਾ ਆਹ ਮੇਰੇ ਬਿਨਾਂ ਨਹੀਂ ਹੋਣਾ ਨਹੀਂ ਤੂੰ ਸਮਝਦਾ ਜਾਣ ਬੂਝ ਤੈ ਬਾਬਰੇ ਤੈ ਕਾਜ ਬੁਲਾਰੇ ਤੂੰ ਇਸ ਗੱਲ ਨੂੰ ਜਾਣਦਾ ਹੈ ਤੂੰ ਕਿੱਥੋਂ ਆਇਆ ਆਪਣੇ ਜੋਰ ਨਾਲ ਨਹੀਂ ਆਇਆ ਜੋਰ ਨਾਲ ਜੀਵਨ ਮਰਨ ਤੂੰ ਇਸ ਸੰਸਾਰ ਦੇ ਵਿੱਚ ਆਪਣੇ ਜੋਰ ਦੇ ਨਾਲ ਨਹੀਂ ਆਇਆ ਆਪਣੇ ਜੋਰ ਦੇ ਨਾਲ ਤੂੰ ਗਿਆ ਨਹੀਂ ਤੂੰ ਜਾ ਨਹੀਂ ਸਕਦਾ ਪਰ ਤੂੰ ਨਹੀਂ ਸਮਝਦਾ ਉਸ ਅਕਾਲ ਪੁਰਖ ਨੂੰ ਤੂੰ ਵਿਸਾਰ ਕੇ ਦਿੱਤਾ ਇਸ ਗੱਲ ਨੂੰ ਜਾਣਦਾ ਹੈ ਕਿ ਭਗਤ ਫਰੀਦ ਜੀ ਨੇ ਵੀ ਕਿਹੜੇ ਸੁਖਾਲੇ ਢੰਗ ਦੇ ਨਾਲ ਸਾਨੂੰ ਮਾਰਗਦਰਸ਼ਨ ਕੀਤਾ। ਫਰੀਦਾ ਕਿੱਥੇ ਟੈਂਡੇ ਮਾਪਿਆ ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਕੋਈ ਲੱਗ ਗਏ ਤੂੰ ਅਜੇ ਨਾ ਇੱਕ ਪਿੰਡ ਸੈ
मना का
अपने हकी तू इंसान को तोड़ रहा है, तू हजे नहीं मनता कि मैं भी जाना है। तू कहना नहीं मैं तुझा शब्द पढ़िया कहानी दे नार गर्भ करत पौ दिल से जाए झूठी देवी तू किस गल का हंकार करता है। समय से समाप्त है।
ਛੇ ਪੌੜੀਆਂ ਅਨੰਦ ਸਿੰਘ ਜੀ ਦਾ ਜਾਪ ਉਪਰੰਤ ਅਰਦਾਸ। ਆਨੰਦ ਪਿਆ ਮਿਲ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਮਨ ਵਧੀਆ ਵਰਤਾਈ ਰਾਗ ਰੁਕਣ ਪਰਿਵਾਰ ਭਰੀਆ ਸ਼ਬਦ ਕਾ ਬਣਿਆ ਦੋ ਦਵਾ ਕਰੀ ਕੇਰਾ ਮਨ ਜਿਨੀ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਸੇਵਾ ਸਮਰ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ
ਇਨ ਮਾਨਿਆਂ ਦੇ ਮਾਨ ਸਤਿਗੁਰੂ ਜੀਓ, ਨਤਾਣਿਆਂ ਦੇ ਤਾਂ ਸਤਿਗੁਰੂ ਜੀਓ, ਜੇ ਓਟਿਆਂ ਦੀ ਉਰਸ ਜਿਗਦਾ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੁੜੀ ਹੈ। ਰਾਰਾ ਕੋ ਨਾ ਰੰਗ ਰਹੈ, ਰੰਗ ਨਾ ਢੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਆਪ ਜੀ ਦੇ ਪਵਿੱਤਰ ਮਹਾਂਵਾਕਣ ਸਾਚੇ ਪਾਤਸ਼ਾਹ ਜੀਓ, ਆਪ ਜੀ ਦੇ ਗੁਰਮੁਖ ਪਿਆਰੇ ਪੈਸੇ ਪਈ ਕਤਵਾਰ ਸਿੰਘ ਜੀ, ਆਪ ਜੀ ਦੇ ਬਖਸ਼ਿਸ਼ ਕੀਤੇ ਹੋਏ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਹੋਇਆਂ, ਆਪ ਜੀ ਦੇ ਹੁਕਮ ਦੇ ਅਨੁਸਾਰ ਉਸਦੇ ਪੁੱਤਰਾਂ ਤੋਂ ਲੈ ਕਰਕੇ ਚਲਾਣਾ ਕਰਕੇ ਸਾਨੂੰ ਉਹਨਾਂ ਦੀ ਰੂਹ ਦੇ ਨਿਮਿਤ ਸੇਵਕ ਪਰਿਵਾਰ, ਇਤਵਾਰ ਸਿੰਘ ਜੀ ਦੇ ਸਪੁੱਤਰ ਪੈਸੇ ਭਾਈ ਚੰਦਨ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ ਤਥਾ ਸਾਰਾ ਹੀ ਪਰਿਵਾਰ ਇਕੱਤਰ ਹੋ ਕੇ ਇਤਵਾਰ ਸਿੰਘ ਜੀ ਦੀ ਰੂਹ ਦੇ ਭਲੇ ਵਾਸਤੇ ਤੁਰਕੀ ਬਾਣੀ ਆਈ ਦਿਨ ਸਗਲੀ ਦਿਨ ਮਿਟਾਈ ਦੇ ਸਹਿਜ ਪਾਠ ਆਰੰਭ ਕਰਵਾਏ ਸਨ। ਆਪ ਜੀ ਦੀ ਗੁਰਬਾਣੀ ਆਦ ਤੋਂ ਮੱਧ, ਮਨ ਤੋਂ ਅੰਤ ਤੋਂ ਸੰਪੂਰਨ ਭੋਗ ਪਾਏ ਗਏ ਸਨ। ਉਪਰੰਤ ਮਰਦ ਪਾਤਸ਼ਾਹ ਜੀ ਉਹ ਗੁਰੂ ਦੇ ਨਿਮਿਤ ਜਸ ਕੀਰਤਨ ਕੀਤਾ ਗਿਆ ਹੈ। ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਤੋਂ, ਜਸ ਕੀਰਤਨ ਕਰਦਿਆਂ ਤੋਂ ਕਈ ਪ੍ਰਕਾਰ ਦੀ ਬਲੋਗੀ ਅਣਜਾਣ ਵਿੱਚ ਪ੍ਰੇਮ ਤਬਾਕ ਤੰਦਰੁਸਤੀਆਂ ਬਖਸ਼ਣੀਆਂ, ਅਨਸੰਗ ਹੋ ਕੇ ਸਹਾਇਤਾ ਕਰਨੀ, ਆਪ ਜੀ ਦੇ ਸੇਵਕਾਂ ਵੱਲੋਂ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਪਛਾਕੇ ਪਹਿਨਾਏ ਗਏ ਹਨ, ਆਪ ਜੀ ਪ੍ਰਮਾਣ ਕਰਨੇ, ਸੇਵਕਾਂ ਦੇ ਲੋਕ ਪ੍ਰਲੋਕ ਵਿੱਚ ਪੜਦੇ ਢੱਕਣੇ, ਮਾਇਆ ਅਰਦਾਸ ਹੋਈ ਹੈ ਖਜ਼ਾਨੇ ਭਰਪੂਰ ਕਰਨੇ, ਬਖਸ਼ਿਸ਼ ਕੀਤੀਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਕੀ ਦੇਗ ਸਜ ਕੇ ਹਾਜ਼ਰ ਹੈ। ਕਰੇ ਮੇ ਜਿੰਨਾ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਪੇ ਗਾਣੀ ਆਪੇ ਬਾਣੀ ਆ
ਕਾਂਡਵਰ ਭੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਕਰੇ ਆਪ ਦਹਾਈ ਕਰੇ ਜਿਸ ਕਿਰਪਾ ਜਿਸ ਨੂੰ ਗੁਰਮਤ ਕਰੇ ਹਰੇ ਆਪੇ ਔਜ ਪਾਪ ਹੈ ਦੁਰਦਾ ਆਪੇ ਕੇਵ ਜਾਪ ਕਰੇ ਆਪੇ ਕਰੇ ਕਰਾਏ ਕਰਤਾ ਅਵਰਨਾ ਤੇ ਕਰੇ ਆਪੇ ਔਜ ਪਾਪ ਹੈ ਦੁਰਦਾ ਆਪੇ ਕੇਵ ਜਾਪ ਕਰੇ ਆਪੇ ਕਰੇ ਕਰਾਏ ਕਰਤਾ ਅਵਰਨਾ ਦੂਜਾ ਰਿਸ਼ਤੇਦਾਰ ਨਗਰ ਦੀਆਂ ਸੰਗਤਾਂ ਨੇੜੇ ਦੂਰੋਂ ਜੋ ਵੀ ਸੰਗਤਾਂ ਚੱਲ ਕੇ ਆਈਆਂ ਹਨ ਸੇਵਕ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।